ਵਰਾਇਟੀ ਆਉਂਦੀ ਹੈ ਇਨਸ਼ਾਅੱਲਾ ਸਾ ਉਧਰੋਂ ਜੂ ਚੂ ਮੰਜੀ ਖਰੀਦ ਜਾਣ ਠੀਕ ਹੈ। ਹੁਣ ਗਿਣੀ ਗਿਣੀ ਕਹਿ ਦੱਸਾਂ ਵਾ ਕਾੜਿਆ ਕੜੀ ਕਿੰਦੀ, ਚੀਚਾ ਵਦਨੀ ਦੀ ਕੜੀ ਕਿੰਦੀ, ਆਰਫ ਵਾਲੇ ਤੂੰ ਕੜੀ ਕਿੰਦੀ, ਨੀਲੀ ਤੂੰ ਕੜੀ ਕਿੰਦੀ, ਇਹ ਇਨਸ਼ਾਅੱਲਾ 2000 ਤੱਕ ਸਨ ਵੀਡੀਓ ਤੋਂ ਉਹ ਫੈਸਲਾ ਕਰ ਸਨ ਵਾ ਵਾਕਿਆ ਕੋ ਮੰਜੀਆਂ ਨੇ ਪੁੱਤਰ ਗੁਰਿਆ ਆਉਂਦੇ ਨੇ ਜਾਂ ਵੈਸੇ ਹੀ ਬਾਣੇ ਠੀਕ ਹੈ। ਇਹ ਜਨਾਬ ਪਹਿਲੇ ਨੰਬਰ ਵਾਲੀ ਮੰਜ ਤੱਕੋ ਦੂਜਣ ਹੈ ਠੀਕ ਹੈ, ਬਿਲਕੁਲ ਤਾਜ਼ੀ ਸੂਈ ਵੀ ਇਸ ਟਾਈਮ ਜਿਹੜਾ ਮਰਜ਼ੀ ਜਾਣਾ ਸੀ 12 ਸਿਰ ਦੁੱਧ ਰਾਤਾ ਫੇਰਾ ਨਾ ਇਸ ਸਾਡੇ ਕੋਲ ਸੁਵਾਈ ਕਰਾਈ ਸਕਣੋ ਠੀਕ ਹੈ। ਇਹ ਜਨਾਬ ਦੂਜਣ ਮੱਝ ਹੈ ਠੀਕ ਹੈ। ਵੀਡੀਓ ਦਾ ਚਲੋ ਹਰ ਬੰਦਾ ਮਾਲਿਆ ਨਹੀਂ ਬਣਾਉਣਾ, ਪਰ ਮੰਜੀਆਂ ਨੇ ਹੈਗੀਆਂ, ਜੇ ਸੈਂਪਲ ਜੋੜਨਾ ਇਸ 'ਤੇ ਵੀ ਟਾਈਮ ਚਾਹੀਦਾ। ਜਨਾਬ ਐਸ ਛੋਟੀ ਕੈਮਰਾ ਮਾਰੋ, ਇਹ ਵੀ ਦੱਸੋ ਬਿਲਕੁਲ ਇਨਸ਼ਾਅੱਲਾ ਹਰ ਮੰਜ ਮੰਦਰੀ ਦਾ ਦੋਹਰੀ ਬੈਠਵੀਂ ਹੋ ਸੀ ਸਾਡੇ ਕੋਲ, ਖਲੋਤ ਮੰਜ ਨਹੀਂ ਹੋਣ ਲੱਗੀ ਅੱਲਾ ਨੇ ਹੁਕਮੇ ਨਾਲ। ਕੈਮਰਾ ਮਾਰਸੋ ਮਾੜੇ ਉਸਤਾਦ ਹੋਰ ਵੀ ਆਈਏ, ਮੈਂ ਜਨਾਬ ਇਹਨਾਂ ਨੂੰ ਸ਼ਕੀਰ ਦਾ ਆਓ ਜੀ ਆਈ ਸਾਹਿਬ ਭਾਈ ਤੂੰ ਉਸਤਾਦ ਹੋਏ ਨਹੀਂ ਚੌਧਰੀ ਅਲਤਾਫ ਔਰ ਜਨਾਬ ਇਹਨਾਂ ਨਾਲ ਵੀ ਬੜਾ ਡੇਰਾ ਹੈ ਇੱਕ ਖਰੱਟੇ ਨੇ ਮੁਕਾਮ ਪਰ, ਜਿਹੜੇ ਲੋਕ ਮੰਜੀਆਂ ਮਾਲ ਕਿੰਨੇ ਉਹ ਇਹਨਾਂ ਕੀ ਜਾਣੇ। ਬਿਲਕੁਲ ਜੀ ਜਨਾਬ ਪਹਿਲੇ ਭਾਈ ਹੋਰ ਘਰ ਰਹਿੰਦਾ ਉਹ ਵੀਡੀਓ ਬਣਾਉਣੇ ਰਹਿੰਦਾ, ਮੈਂ ਫਿਰ ਥੋੜ੍ਹੀ ਜਿਹੀ ਡਿਲੇ ਕਰੀ ਰੱਖੀ, ਤਾਂ ਹੁਣ ਭਾਈ ਹੋਰ ਜਨਾਬ ਵਾਪਸ ਗਏ ਤਾਂ ਮੈਂ ਵੀ ਆਈ ਹਾਂ ਮੁੜੀ ਆਪਣੇ ਅੱਡੇ ਪਰ। ਇਹ ਜਨਾਬ ਤੋਂ ਕਿ ਮੰਜੀਆਂ ਦੱਸਣੇ ਨਵੀਂ ਵਰਾਇਟੀ ਆਉਂਦੀ ਹੈ ਠੀਕ ਹੈ। ਇਹ ਪਹਿਲਾ ਨੰਬਰ ਮੰਜ ਤੱਕੋ, ਮੰਜੀ ਨੀ ਕੱਪਰੀ ਤੱਕੋ, ਸਿੰਗੀ ਤੱਕੋ, ਅੱਖੀ ਤੱਕੋ, ਝੋਟੀ ਦੀਆਂ ਬਰੋਲ ਬਿੱਲੀਆਂ, ਨਿੱਕੇ ਨਿੱਕੇ ਸਿੰਗਲ ਝੋਟੀ ਨੇ, ਨਿੱਕੀ ਜੀ ਸੀਰੀ ਹੈ ਝੋਟੀ ਦੀ ਠੀਕ ਹੈ, ਝੋਟੀ ਦੀ ਲੱਤ ਤੱਕੋ ਬਿਲਕੁਲ ਛੋਟੀ ਜੀ ਹੈ, ਖਾਣ ਖੀਰੀ ਤੱਕੋ ਪੂਰਾ ਚੌਕੀ ਪਰ ਹੈ ਠੀਕ ਹੈ, ਪੁਛੜ ਤੱਕੋ ਝੋਟੀ ਨਾਲ ਬਿਲਕੁਲ ਚੀਚੀ ਅੰਗਲੀ ਨੇ ਲਗਾ ਵਾ ਠੀਕ ਹੈ, ਮੰਦਰੀ ਤਾਂ ਦੋਹਰੀ ਝੋਟੀ ਹੈ ਦੂਜਣ। ਇਸ ਟਾਈਮ ਮੰਜੀ ਕੋਲ ਦੁੱਧ ਸੀ ਇਨਸ਼ਾਅੱਲਾ 12 ਸਿਰ, ਤਾਂ ਨਾਲ ਜਨਾਬ ਇਸਨੇ ਕੱਟੇ ਨਾ ਬੱਚਾ ਬਿਲਕੁਲ ਤਾਜ਼ੀ ਸੂਈ ਵੀ ਹੈ ਦੂਜਣ ਮੱਝ ਹੈ। ਅਗਲੀ ਮੈਂ ਆਣੋ ਜੀ, ਇਹ ਜਨਾਬ ਬਿਲਕੁਲ ਤਾਜ਼ੀ ਸੂਈ ਵੀ ਪਹਿਲਣ ਝੋਟੀ ਹੈ ਠੀਕ ਹੈ, ਇਸ ਟਾਈਮ ਜਿਹੜਾ ਮਰਜ਼ੀ ਜਾਣਾ ਸੀ 13 ਸਿਰ ਦੁੱਧ ਇਸਨੇ ਰਾਤਾ ਫੇਰਾ ਸਾਡੇ ਕੋਲ ਇੱਥੇ ਮੇਲੀ ਕਿਨਾ ਹੈ, ਕੱਟੀ ਨਾ ਬੱਚਾ ਇਸਨੇ ਨਾਲ ਜਨਾਬ ਠੀਕ ਹੈ। ਇਸ ਝੋਟੀ ਨੀ ਵੀ ਥਣ ਤੱਕੋ ਖੀਰੀ ਤੱਕੋ ਬਿਲਕੁਲ ਚੌਕੀ ਭਰੋਸੀ ਇਨਸ਼ਾਅੱਲਾ, ਪੁਛੜ ਤੱਕੋ ਬਿਲਕੁਲ ਪਤਲਾ ਹੋ ਸੀ ਝੋਟੀ ਨਾ, ਤਾਂ ਮੰਦਰੀ ਗੋਲ ਝੋਟੀ ਹੈ, ਝੋਟੀ ਮੋੜੋ ਜੀ ਇੱਧਰ, ਇੱਥੇ ਝੋਟੀ ਨੀ ਕੱਪਰੀ ਤੱਕੋ, ਸਿੰਗੀ ਤੱਕੋ, ਅੱਖੀ ਤੱਕੋ, ਝੋਟੀ ਨੀ ਬਰੋਲ ਬਿੱਲੀਆਂ, ਇਹ ਪਹਿਲਣ ਝੋਟੀ ਹੈ ਜਨਾਬ। ਪੜੋ ਜੀ ਅਗਲੀ ਝੋਟੀ, ਇਹ ਜਨਾਬ ਇਹ ਝੋਟੀ ਵੀ ਪਹਿਲਣ ਹੈ ਭੋਰ ਕਾਲੀ, ਨਿੱਕੇ ਨਿੱਕੇ ਸਿੰਗਲ ਝੋਟੀ ਨੇ ਠੀਕ ਹੈ, ਇੱਥੇ ਕੱਪਰੀ ਤੱਕੋ ਸਿੰਗੀ ਤੱਕੋ ਜਨਾਬ ਬਿਲਕੁਲ ਤਾਜ਼ੀ ਸੂਈ ਵੀ ਹੈ, ਕੱਟੇ ਨਾ ਬੱਚਾ ਨਾਲ ਠੀਕ ਹੈ। ਇਸ ਟਾਈਮ ਜਿਹੜਾ ਮਰਜ਼ੀ ਜਾਣਾ ਸੀ 10 ਕਿਲੋ ਦੁੱਧ ਇਸਨੇ ਰਾਤਾ ਫੇਰਾ ਨਾ ਨਾਪੀ ਕਿਨਾ ਸਾਡੇ ਕੋਲ, ਤਾਂ ਬਿਲਕੁਲ ਤਾਜ਼ੀ ਸੂਈ ਵੀ ਝੋਟੀ ਵਾਲੇ ਦੁੱਧ ਸਾਫ਼ ਵੀ ਨਹੀਂ ਕੀਤਾ, ਇਸ ਨਾਲ ਵੀ ਥਾਣ ਖੀਰੀ ਤੱਕੋ ਇਨਸ਼ਾਅੱਲਾ ਕੋਈ ਮੈਂ ਸਹੀ ਥਾਣਾ ਖੀਰੀ ਨਹੀਂ ਬਲੱਲਿਆ ਥਾਣਾ ਖੀਰੀ ਲਈ ਨਹੀਂ ਨਜ਼ਰ ਅੱਛਣ ਲੱਗੀ ਇਨਸ਼ਾਅੱਲਾ, ਇੱਕ ਤੋਂ ਇੱਕ ਮੈਂ ਚ ਰਹਿੰਦੀ ਉਸ। ਇਸ ਝੋਟੀ ਨੇ ਖਾਲੀ ਕੱਦ ਕਾਟ ਤੱਕੋ ਤਾਂ ਬੇਲ ਤੱਕੋ ਝੋਟੀ ਨਹੀਂ ਕਿਤਨੀ ਲੰਮੀ ਹੈ, ਗਾਟਾ ਤੱਕੋ ਝੋਟੀ ਨਾਲ ਕਿਤਨਾ ਪਤਲਾ। ਇਹ ਜਨਾਬ ਇਹ ਵੀ ਭੋਰ ਕਾਲੀ ਝੋਟੀ ਹੈ, ਅੱਖੀ ਬਰੋਲ ਬਿੱਲੀਆਂ, ਨਿੱਕੇ ਨਿੱਕੇ ਸਿੰਗਲ ਝੋਟੀ ਨੇ, ਨਿੱਕੀ ਜੀ ਸੀਰੀ ਹੈ ਝੋਟੀ ਨੀ ਠੀਕ ਹੈ। ਇਸ ਝੋਟੀ ਨਾਲ ਵੀ ਗਾਟਾ ਤੱਕੋ ਠੀਕ ਹੈ, ਇਹ ਥਣਗਿਰੀ ਤੱਕੋ ਝੋਟੀ ਨਾਲ, ਪੁਛੜ ਤੱਕੋ ਇਸ ਨਾਲ ਵੀ ਬਿਲਕੁਲ ਚੀਚੀ ਅੰਗਲੀ ਨੇ ਪੁਛੜ ਹੋ ਸੀ, ਕੋਈ ਮੋਟੀਆਂ ਡਾਂਗਾਂ ਚੁਖੜੀ ਹੁੰਦੇ ਮੰਜੀਆਂ ਨੇ। ਇਹ ਜਨਾਬ ਮਾਈ ਕੱਲ ਸੂਈ ਹੈ, ਇਸ ਲਈ ਮਾਈ ਬੋਲੇ ਵਿੱਚ ਹੈ, ਇਸ ਟਾਈਮ ਝੋਟੀ ਕੋਲ ਬੋਲਾ ਸੀ 8-9 ਕਿਲੋ।
ਐ ਜਨਾਬ ਇਹ ਵੀ ਝੋਟੀ ਪੈ ਲੈਣਾ, ਇਸ ਨਾਲ ਕੱਟੀ ਨਾ ਬੱਚਾ। ਇਸ ਝੋਟੀ ਨੇ ਵੀ ਕਪਰੀ ਤੱਕੋ, ਸਿੰਗੀ ਤੱਕੋ, ਅੱਖੀ ਤੱਕੋ, ਬਰੋਲ ਬਿੱਲੀਆਂ ਪੁੱਠੇ ਤੱਕੋ ਝੋਟੀ ਨੇ ਗਦ ਗਦ ਝੈੜੇ ਹੋ ਸਨ। ਥਣ ਗਿਰੀ ਇਨਸ਼ਾਲਾ ਚੌਕੀ ਭਰੋਸੀ, ਠੀਕ ਹੈ। ਕੱਟੀ ਨਾ ਬੱਚਾ ਇਸ ਝੋਟੀ ਕੋਲ, ਇਸ ਟਾਈਮ ਦੁੱਧ ਜੜਾ ਮਰਜ਼ੀ ਆਣੀ 10 ਕਿਲੋ ਰਾਤਾ ਫਿਰ ਆਣਾ ਨਾ ਪੀ ਕਿਨੇ, ਤਾਂ ਬਿਲਕੁਲ ਤਾਜ਼ੀ ਸੂਈ ਵੀ ਝੋਟੀ ਦੋ ਤਰਿਆਂ ਦਿਹਾੜੇ ਆਣੀ। ਜਨਾਬ ਦੂਜਣ ਮੰਜ ਹੈ ਬਿਲਕੁਲ ਤਿਆਰ ਹੋਣਾ ਜੀ, ਤਕਰੀਬਨ ਮੰਜ 2-4 ਦਿਹਾੜੇ ਕੱਟੀ ਜਾਂ 6 ਦਿਹਾੜੇ ਕੱਟੀ ਜਾ ਸੀ। ਦੂਆ ਸੂ ਮੰਜ ਹੈ ਤੋਰੀ ਮੰਦਰੀ ਬੈਠਵੀਂ ਮੰਜ ਹੈ। ਜਾਣੇ ਮੈਂ ਅੱਗੇ ਐਲਮਾ ਜੀ ਨਦੀਮ ਸਾਹਿਬ ਲੱਤਾਂ ਤੱਕੋ, ਪਿਛਲੀਆਂ ਲੱਤਾਂ ਵੀ ਗਿੜ ਗਿੜ ਤਾਂ, ਅਗਲੀਆਂ ਲੱਤਾਂ ਵੀ ਗਿੜ ਗਿੜ ਜੋ ਮੰਜੀ ਦੀਆਂ। ਦੂਜਾ ਮੰਜੀ ਇਹ ਹੋਣੀਆਂ ਨੇ ਦੋਰੀਆਂ ਮੰਦਰੀਆਂ ਬੈਠਣੀਆਂ, ਇਹ ਇਨਸ਼ਾਅੱਲਾ ਮੈਂ 2-4-5 ਦਿਹਾੜੀਆਂ ਜੀ ਇਨਸ਼ਾਅੱਲਾ ਸੂਈ ਪੇ। ਐ ਜਨਾਬ ਪਹਿਲਣ ਝੋਟੀ ਹੈ ਵੀ ਭੋਰ ਕਾਲੀ ਹੈ, ਬਿਲਕੁਲ ਤਿਆਰ ਸੋਹਣਾ ਜੀ, ਬਿਲਕੁਲ ਨਿੱਕੀ ਜੀ ਹੈ ਆਪੂ ਝੋਟੀ ਨਿੱਕੀ ਜੀ ਹੈ। ਥੱਲੇ ਚੱਡਾ ਮੰਜੀ ਕੋਲ ਦੂਜਾ ਮੰਜੀ ਆਲਾ ਇਨਸ਼ਾਅੱਲਾ। ਇਸ ਝੋਟੀ ਨੇ ਵੀ ਲੱਤ ਤੱਕੋ ਬਿਲਕੁਲ ਗਿੜ ਗਿੜ ਲੱਤ ਹੋ ਸੀ, ਕੋਲੀ ਝੋਟੀ ਨੀ ਬਿਲਕੁਲ ਨਿੱਕੀ ਜੀ ਹੈ, ਧੁੰਨੀ ਨਾ ਹੀ ਕੋਣੀ, ਠੀਕ ਹੈ। ਥਣ ਗਿਰੀ ਵੀ ਚੌਕੀ ਪਰ ਹੈ। ਜਨਾਬ ਇਹ ਮੈਂ ਦੂਜਣ ਹੈ, ਠੀਕ ਹੈ। ਨਾਲ ਕੱਟੀ ਨਾ ਬੱਚਾ, ਬਹੁਤ ਸੋਹਣਾ ਬੋਲੋ ਬਿੱਲਾ ਬੱਚਾ, ਬਿਲਕੁਲ ਨਿੱਕਾ ਜਿਹਾ ਬੱਚਾ, ਤਾਜ਼ੀ ਸੂਈ ਵੀ ਝੋਟੀ। ਇਹ ਦੂਆ ਸੂ ਹੈ ਜਨਾਬ ਇਸ ਮੰਜੀ ਕੋਲ। ਇਸ ਟਾਈਮ ਦੁੱਧ ਅਸੀਂ 12 ਕਿਲੋ ਇਨਸ਼ਾਅੱਲਾ। ਹਾਲੇ ਮੰਜੀ ਸਫਰਾਂ ਮਾਰੀਆਂ ਵਾ, ਹਾਲੇ ਮੰਜੀ ਪੂਰੀਆਂ ਦੁੱਧਾਂ ਪਰ ਨਹੀਂ ਇਨਸ਼ਾਅੱਲਾ। ਇਹਨਾਂ ਮੰਜੀਆਂ ਇਹ ਹਫ਼ਤਾ 15 ਦਾ ਠਿਕਾਣਾ ਕੀਤਾ ਹੈ, ਮੰਜੀ ਦੁੱਧ 15-15 16-16 ਸਿਰ ਦੇਣ ਵਾਲੀਆਂ ਇਨਸ਼ਾਅੱਲਾ। ਜਨਾਬ ਜਿਹੜੀ ਬੁੱਲੀ ਖੁੱਲੀ ਮਾਲ ਸੀ ਉਸ ਖੋਲੀ ਤਾਂ ਚੈੱਕ ਰਹੇ ਆ, ਹੁਣ ਸਾਰਾ ਮਾਲ ਖੋਲੀ ਖੋਲੀ ਦੱਸਿਆ, ਵੀਡੀਓ ਲੰਮੀ ਹੋਈ ਜਾਣੀ ਹੈ, ਤਾਂ ਕੋਈ ਮੰਜੀ ਦੋਸਤਾਂ ਦੀ ਯਾਰਾਂ ਦੀ ਹੁਣ ਵਧੀਆ ਵਾ ਦੱਸਾਂ। ਇਹ ਝੋਟੀ ਜਨਾਬ ਇਹ ਪਹਿਲਣ ਹੁਣ ਤਿਆਰ ਹੋਈ ਹੈ ਸੁਣੇ ਪਰ, ਠੀਕ ਹੈ। ਇਹ ਇਨਸ਼ਾਅੱਲਾ ਝੋਟੀ ਹੁਣ 2-4 ਦਿਨਾਂ 'ਚ ਸੂਈ ਪੇਸੀ ਇਨਸ਼ਾਅੱਲਾ, ਇਹ ਬਿਲਕੁਲ ਤਿਆਰ ਹੈ ਉਹ। ਅਤੇ ਪਹਿਲਣ ਝੋਟੀ ਹੈ ਜਨਾਬ, ਇਸ ਝੋਟੀ ਨੀ ਕਪਰੀ ਤੱਕੋ, ਸਿੰਗੀ ਤੱਕੋ। ਪਿਛਲੀ ਵੀਡੀਓ ਹੀ ਪਾਈ ਸੀ 16 ਤਾਰੀਖ ਨੂੰ, ਤੜਾ ਗੱਭਣ ਸੀ, ਤਾਂ ਹੁਣ ਸੂਈ ਆਈ ਹੈ ਮਾਸ਼ਾਅੱਲਾ। ਬੱਚੀ ਦਿੱਤੀ ਹੈ ਨਾਲ ਨਿੱਕੀ ਜੀ ਬੱਚੀ, ਬਿਲਕੁਲ ਤਾਜ਼ੀ ਸੂਈ ਵੀ ਹੈ ਗਾਂ, ਅੱਜ 3ਰਾ-4 ਦਿਹਾੜਾ ਸੋਇਆ ਵਾਂ। ਇਹ ਜਨਾਬ ਇਹ ਦੋਵੇਂ ਮੰਜੀ ਘਰੇ ਨਹੀਂ ਪੱਕੀਆਂ, ਇੱਥੇ ਡੇਰੇ ਪਰ ਰੱਖੀਆਂ। ਇਹ ਵੀ ਪਹਿਲਣ ਝੋਟੀ ਹੈ ਬਿਲਕੁਲ ਤਾਜ਼ੀ ਸੂਈ ਵੀ, ਨਾਲ ਕੱਟੇ ਨਾ ਬੱਚਾ। ਇਸ ਟਾਈਮ 8 ਕਿਲੋ ਦੁੱਧ ਹੈ ਝੋਟੀ ਕੋਲ, 2 ਟਾਈਮ ਆਉਣਾ ਤਾਂ ਹੈ ਮਨੂੰ ਨਿੱਕੀ ਜੀ। ਬਾਅਦ ਬੰਦੇ ਵਾਲੇ ਮਲੂ ਨਿੱਕੀਆਂ ਨਿੱਕੀਆਂ ਝੋਟੀਆਂ ਚਾਹੀਦੀਆਂ ਤਾਂ ਇਨਸ਼ਾਅੱਲਾ ਜਿਸ ਤਰ੍ਹਾਂ ਦੀ ਕੋਈ ਝੋਟੀ ਲੋੜ ਸੀ ਇਨਸ਼ਾਅੱਲਾ ਲੱਭਸੀ ਸਾਡੇ ਕੋਲ। ਇਹ ਝੋਟੀ ਜਨਾਬ ਇਹ ਪਹਿਲਣ ਹੈ, ਇਹ ਝੋਟੀ ਬਿਲਕੁਲ ਤਾਜ਼ੀ ਸੂਈ, ਮਰਜ਼ੀ ਜਾਣਾ ਚੀਜ਼ ਨਾਲ ਰਾਤਾ ਫਿਰ ਆਉਣਾ, 9 ਕਿਲੋ ਦੁੱਧ ਸਾਡੇ ਕੋਲੋਂ ਇੱਥੇ ਚਵਾਈ ਕਰਾਈ ਸਕਣਾ, ਮਿਲਣੇ ਨਹੀਂ, ਬਿਲਕੁਲ ਸੀਲ ਸੋਊ ਹੈ ਪਹਾੜੇ ਉੱਪਰ। ਕਈ ਬੰਦੇ ਹੁਣ ਆ ਸਕੇ ਵਾਲੇ ਜੀ, ਸੋ ਫੋਨ ਨੰਬਰ ਉਹ ਦੱਸਣਾ ਜਨਾਬ, ਮੋਬਾਈਲ ਨੰਬਰ ਹੈ ਮਾੜਾ 0345-5455-954, ਇਸੇ ਪਰ ਵਟਸਐਪ ਵੀ ਹੈ, ਤਾਂ ਇਸ ਪਰ ਤੁਸੀਂ ਕਾਲ ਵੀ ਕਰੀ ਸਕਦੇ ਹੋ। ਤਾਂ ਰਹਿਣੇ ਜਨਾਬ ਆਸਣੀ ਜਗ੍ਹਾ ਦਾ ਨਾਂ ਆ ਧੰਨਾ ਧਨਿਓੜ। ਜਨਾਬ ਠੀਕ ਹੋ, ਸਿਹਤ ਸਿਹਤ ਠੀਕ ਹੈ। ਸਰਕਾਰ ਜਿਤਨੇ ਵੀ ਸਾਡੇ ਬੰਦੇ ਇਹ ਵੀਡੀਓ ਮੰਨੀਏ ਨਹੀਂ ਤੱਕਣੇ ਹੋ, ਤੁਸਾਂ ਦੀ ਮਿਹਰਬਾਨੀ, ਬੜਾ ਸ਼ੁਕਰੀਆ ਜਨਾਬ। ਜਿਤਨੇ ਬੰਦੇ ਤਾਵਨ ਕਰਨੇ ਹੋ
ਉਹਨਾਂ ਦਾ ਉਸ ਤੋਂ ਬੜਾ ਸ਼ੁਕਰੀਆ ਜਨਾਬ। ਜਿੰਨੇ ਬੰਦਿਆਂ ਸਾਡੇ ਕੋਲੋਂ ਮੱਝੀ ਖਰੀਦੀਆਂ, ਜਿਹੜੇ ਨਹੀਂ ਖਰੀਦਣੇ ਉਹਨਾਂ ਦੀ ਬੜੀ ਮਿਹਰਬਾਨੀ ਜਨਾਬ। ਇਹ ਵੀਡੀਓ ਮੈਂ ਸਪੈਸ਼ਲ ਇਸ ਗੱਲ ਪਾਰ ਲਗਾਇਆ ਕਿ ਦੋ ਗੱਲਾਂ ਬੜੀਆਂ ਜ਼ਰੂਰੀ ਨਾ। ਇੱਕ ਤਾਂ ਤੁਸੀਂ ਕਿ ਕੁਸਾ ਬੰਦੇ ਕੀ ਬਾਹਰ ਨੇ ਕਿ ਯੂਕੇ ਵਿੱਚ, ਯੂਰਪ ਵਿੱਚ, ਦੁਬਈ ਵਿੱਚ, ਸਾਊਦੀ ਅਰਬ ਵਿੱਚ, ਕੁਸਾ ਬੰਦੇ ਕੀ ਮਾਈ ਚਾਈਨੀਆ ਸੋਮਾਨਾ ਕੋਂਟੈਕਟ ਕਰ ਸਕਦੇ ਹੋ। ਜਿਹੜੀ ਗੱਲ ਬਸ ਆ ਇਨਸ਼ਾ ਅੱਲਾ ਤੁਸੀਂ ਘਰ ਪੂਰੀ ਹੋ ਸੀ ਮੱਝੀ ਨਹੀਂ। ਬੜਾ ਵਟਸਐਪ ਨੰਬਰ ਹੈ 0744-0744-11-47-1203। ਇਹ ਇੰਗਲੈਂਡ ਨਾ ਵਟਸਐਪ ਨੰਬਰ ਹੈ, ਕੋਈ ਬੰਦਾ ਕੁਸਾ ਟਾਈਮ ਕੋਂਟੈਕਟ ਕਰ ਸਕਣਾ। ਇਨਸ਼ਾਅੱਲਾ ਤੁਹਾਨੂੰ ਚੀਜ਼ ਗਰੰਟੀ ਨਹੀਂ ਲੱਭੀ। ਹਰ ਦੜੇ ਚੈੱਕ ਕਰਸੋ, ਕੋਈ ਪ੍ਰੋਬਲਮ ਹੋ ਸੀ ਤਾਂ ਤੁਸਾਂ ਨੇ ਘਰ ਪੁੱਛ ਸੀ ਇਨਸ਼ਾਅੱਲਾ। ਤਾਂ ਦੂਈ ਗੱਲ ਇਹ ਕਿ ਜਿਤਨੇ ਬੰਦੇ ਵੀ ਪਾਕਿਸਤਾਨ ਹੀ ਸਾਰੇ ਵਿਹਲੇ ਬੈਠੇ ਵੀ ਉਹ ਕੋਈ ਨਹੀਂ, ਕੋਈ ਮਜ਼ਦੂਰੀ ਕਰੋ, ਥੋੜ੍ਹਾ ਬਹੁਤਾ ਕੰਮ ਕਰੋ ਯਾਰ। ਅਸਾਂ ਪਰ ਸਾਰੇ ਬੰਦੇ ਨਾ ਤੁਸੀਂ ਅਕਸੈਪਟ ਕਰੋ ਕਿ ਇਹ ਭੇਜਣ, ਅਸਾਂ ਖਾਸਾਂ ਪੀਸਾਂ, ਇਹ ਕਰਸਾਂ ਉਹ ਕਰਸਾਂ। ਸੁਬਹਾ ਚਿੱਟੇ ਕੱਪੜੇ ਲਾਏ ਲਗੇ ਜਾਣੇ ਹੋ, ਸ਼ਾਮ ਲੈ ਮੁੰਨੇ ਹੋ, 4-5 ਹਜ਼ਾਰ ਰੁਪਇਆ ਖਰਚਾ ਕਰਦਾ ਕੋਈ ਯਾਰ, ਕੋਈ ਦਵਾਈ ਨਾ ਘਰ ਕਾਹ ਕੱਪੀ ਜੋੜੋ। ਜਿਹੜੇ ਮਜ਼ਦੂਰ ਰੱਖੇ ਨੇ ਉਹਨਾਂ ਕੀ ਨਾ ਰੱਖੋ, ਉਹ 2-3 ਹਜ਼ਾਰ ਰੁਪਇਆ ਦਿਹਾੜੀ ਨਾ ਬਚੀ ਜਾਏ। ਤਾਂ ਮਿਹਨਤ ਕਰੋ ਸਾਰੇ ਬੰਦੇ ਯਾਰ, ਤਾਂ ਸਾਡੇ ਮੁਲਕਾਂ ਵਿੱਚ ਖੁਸ਼ਹਾਲੀ ਅੱਛਾ ਹੈ। ਤਾਂ ਜੇ ਇਹ ਹਾਲਾਤ ਰੱਖੋ ਤਾਂ ਖੁਸ਼ਹਾਲੀ ਸਾਰੀ ਜ਼ਿੰਦਗੀ ਦੀ ਅੱਛੀ ਨਹੀਂ। ਤਾਂ ਦੂਈ ਗੱਲ ਇਹ ਆ ਕਿ ਜਿਤਨੇ ਵੀ ਬੰਦੇ ਅਸਾਂ ਕੀ ਲਾਇਕ ਕਰਨੇ, ਸ਼ੇਅਰ ਕਰਨੇ, ਸਬਸਕ੍ਰਾਈਬ ਕਰਨੇ, ਲਾਇਕ ਕਰਨੇ, ਉਹਨਾਂ ਦੀ ਬੜੀ ਮਿਹਰਬਾਨੀ, ਬੜਾ ਸ਼ੁਕਰੀਆ ਜਨਾਬ। ਤਾਂ ਕੱਲ ਪਰਸੋਂ ਤਰਸੋਂ 5 ਮੰਜੀ ਮੈਂ ਵੇਚੀਆਂ ਔਨਲਾਈਨ। ਜਿਹੜੇ ਬੰਦੇ ਮੈਂ ਇੰਗਲੈਂਡ ਬੈਠਾ ਵਾਂ, ਮੰਜੀ ਪਾਕਿਸਤਾਨ ਦਾ, ਕੋਈ ਬੰਦੇ ਇੰਗਲੈਂਡ ਵਿੱਚ ਨੇ, ਕੋਈ ਅਮਰੀਕਾ 'ਚ ਨੇ, ਕੋਈ ਸਾਊਦੀਆ ਨੇ, ਕੋਈ ਦੁਬਈ ਨੇ, ਉਹਨਾਂ ਨੇ ਘਰ ਮੈਂ ਮੱਝਾਂ ਵੇਚੀਆਂ। ਸਾਰੇ ਕਮੈਂਟ ਤੁਸੀਂ ਤੱਕੋ ਔਨਲਾਈਨ, ਕੁਸਾ ਬੰਦੇ ਇੱਕ ਵੀ ਕੀਤਾ ਹੋਇਆ ਵੀ ਅਸਾਂ ਨਾਲ ਬੇਈਮਾਨੀ ਕੀਤੀ ਹੈ, ਨਾ ਸਾਡੇ ਕੋਲ ਮਾਈ ਖਰੀਦਣੇ ਨਹੀਂ, ਕੋਈ ਜ਼ਰੂਰਤ ਨਹੀਂ। ਜਿਤਨੇ ਲੋਕ ਡੂੰਘੀ ਮੰਡੀ ਵਿੱਚ ਮੰਜੀ ਵੇਚਣੇ ਨੇ, ਕੋਈ ਸ਼ਾਦਰ ਨਾਦਰ ਬੰਦੇ ਨੇ ਜਿਹੜੇ ਚੀਚਾ ਅਤਨੀ ਆਰਫ ਵਾਲੇ ਮੰਜੀ ਆਣੇ, ਬਾਕੀ ਸਾਰੇ ਮੰਡੀ ਵਿੱਚ ਖਾਲੀ ਦਾ ਝੂਠ ਮਾਰੇ ਮੈਂ ਚੀਚਾ ਅਤਨੀ 'ਤੇ ਆਉਂਦੀ, ਆਰਫ ਵਾਲੇ 'ਤੇ ਆਉਂਦੀ। ਅੱਜ ਦੀ ਬਾਅਦ ਕੋਈ ਬੰਦਾ ਸੋਮਰ ਕੁਐਸਚਨ ਕਰਾ ਕਿ ਮੈਂ ਮਾਈ ਚੀਚਾ ਅਤਨੀ 'ਤੇ ਆਉਂਦੀ, ਆਰਫ ਵਾਲੇ 'ਤੇ ਆਉਂਦੀ, ਉਸਕੀ ਇਹ ਗੱਲ ਦਾ ਪੁੱਛੋ ਵੀ ਡੂੰਘੀ ਤੂੰ ਕਿਤਨੇ ਘੰਟੇ ਲੱਗਣੇ ਚੀਚਾ ਅਤਨੀ ਆਰਫ ਵਾਲੇ ਨੇ ਜਾਂ ਚੀਚਾ ਅਤਨੀ ਮੰਡੀ ਨੇ। ਤਾਂ ਜੇ ਜਵਾਬ ਦੇ ਛੋੜਿਆ ਤਾਂ ਮਿਕੀ ਤੁਸੀਂ ਜੋ ਮਰਜ਼ੀ ਆ, ਜਿਹੜੇ ਸਭ ਬੰਦੇ ਝੂਠ ਮਾਰ ਦੇਣ। ਜਿਸ ਵੇਲੇ ਡੰਗਰ ਕਿਨੋ ਤਾਂ ਤੁਸੀਂ ਹੁਸ਼ਿਆਰੀ ਨਾਲ ਕਿਨੋ ਕਿ ਤੁਸੀਂ ਗਲਤ ਡੰਗਰ ਤਾਂ ਨਹੀਂ ਵੇਚਣੇ ਲੈਵੇ। ਬੜੀ ਮਿਹਰਬਾਨੀ, ਬੜਾ ਸ਼ੁਕਰੀਆ ਜਨਾਬ। ਅੱਲਾ ਨੇ ਵਾਲਾ ਹੈ।